हाँ जी सारे का नमस्कार है। एक नवी वीडियो दे विच एक नवा पंजाबी सॉन्ग आ रहा ब्याह दे बाजे ते मैं पहुंचा जी अमृतसर जिदे सिंगर है अपने नवी भाजी ते नाल बैठे ने डायरेक्टर साहब ते नाल है अपने राइटर। हाँ जी सर अपने गाने बारे कुछ दसो। गाना जी आप लैके आ रहे ब्याह दे बाजे। ठीक है ते जल्दी बस एक तरीक नू रिलीज हो रहा ते डायरेक्टर साहब ने जी एडीएस भाजी मतलब रोल मुख रोल है ਵਿਚਾਰ ਬਣਿਆ ਕਿ ਵਿੱਚ ਨੀਟੂ ਛੱਡਾ ਵਾਲੇ ਜੀ ਕਾਸਟ ਕਰ। ਦੇਖੋ ਜਦੋਂ ਮੇਰੇ ਕੋਲ ਲਿਰਿਕਸ ਪੱਪੀ ਭਾਈ ਆਏ ਮੇਰੇ ਕੋਲ ਇਹ ਗਾਣੇ ਲੈ ਕੇ ਮੈਨੂੰ ਆਡੀਓ ਸੁਣਨ ਨੂੰ ਮਿਲੀ ਨਵੀਂ ਭਾਈ ਦਾ ਨਾਲ ਕੰਮ ਕਰਨ ਦਾ ਬਹੁਤ ਵਧੀਆ ਵਧੀਆ ਲੱਗਾ ਐਕਸਪੀਰੀਅੰਸ ਮਿਲਿਆ। ਨੀਰੂ ਭਾਈ ਨਾਲ ਬਹੁਤ ਵਧੀਆ ਲੱਗਾ ਤੇ ਹੋਰ ਵੀ ਜਿਹੜੇ ਸਾਡੇ ਕਲਾਕਾਰ ਹੈਗੇ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ। ਕਿੰਨੀਆਂ ਮੁਸ਼ਕਲਾਂ ਆਈਆਂ ਗਾ ਸ਼ੂਟ ਕਰਨ? ਦੇਖੋ ਮੁਸ਼ਕਲਾਂ ਕਰਨਾ ਦੇਖੋ ਕੰਮ ਕੀ ਹੁੰਦਾ ਵਾ ਜਦੋਂ ਅਸੀਂ ਕਿਸੇ ਨੂੰ ਆਵਾਜ਼ ਮਾਰਦੇ ਮਾਈਕ ਤੇ ਸਾਰੀ ਨਾ ਇੱਕ ਅੰਦਰੋਂ ਫੋਰਸ ਲੱਗਦੀ ਹੈ ਤਾਂ ਜਦੋਂ ਨਹੀਂ ਸੁਣਦਾ ਉਹ ਫਿਰ ਜ਼ਿਆਦਾ ਕਲਪਨਾ ਪੈਂਦਾ ਵੀ ਕਿਉਂ ਨਹੀਂ ਸੁਣਦੇ ਪਏ ਸਾਡੀ। ਨੋਰਮਲ ਜੀ ਗੱਲ ਹੈ ਜੇ ਨੀਟੂ ਭਾਜੀ ਹੈ ਤਾਂ ਕਲਪਨਾ ਦਾ ਪੈਦਾ ਸੰਗਾ ਜਾਣਦੇ ਆ ਇੰਡਸਟਰੀ ਸਾਰੇ ਬੰਦੇ ਜਾਣਦੇ ਆ। ਠੀਕ ਹੈ ਜੀ ਜ਼ਿਆਦਾ ਨਹੀਂ ਕਹੂੰਗਾ ਚਲੋ ਆਪਣੇ ਨਾਲ ਦੇ ਹੀ ਆ ਤੇ ਫਿਰ ਮੈਂ ਤੁਹਾਡੇ ਵੱਲ ਨੂੰ ਆਉਂਦਾ ਮੁੜ ਕੇ ਤੇ ਰਾਈਟਰ ਭਾਜੀ ਪੱਪੀ ਭਾਜੀ ਕੀ ਹਾਲ ਹੈ ਸੁਣੀ ਭਾਜੀ ਤੇ ਕਿੰਨਾ ਗਾਣਾ ਆਪਾਂ ਇਹ ਜਿਹੜਾ ਰਾਈਟ ਕੀਤਾ ਆ ਜਾਂ ਕੁਛ ਅਜੇ 8-9 ਹੋ ਚੁੱਕੇ ਪਹਿਲੇ ਗਾਣੇ ਮੇਰੇ ਉਸ ਤੋਂ ਬਾਅਦ ਇਹ ਸੌਂਗ ਆ ਰਿਹਾ ਆਪਣਾ ਤੇ ਕੀ ਧਿਆਨ ਚ ਆਇਆ ਕਿ ਨਵੀਂ ਭਾਜੀ ਨੂੰ ਤੁਸੀਂ ਕਿਹਾ ਕਿ ਇਹ ਗਾਣਾ ਮੇਰਾ ਕਰੋ? ਭਾਜੀ ਇਹਨਾਂ ਨੇ ਪਹਿਲੇ ਸੌਂਗ ਕੀਤੇ ਹੋਏ ਸੀ। ਠੀਕ ਹੈ ਫਿਰ ਮੈਂ ਕੋਈ ਵੱਖਰਾ ਕਰਨਾ ਆਪਣਾ ਕਰਨਾ ਗਾਣਾ ਕਰਨਾ ਸੌਂਗ ਕਰਨਾ ਵਧੀਆ ਜਿਹਾ ਕੋਈ ਵੱਖਰਾ ਚੀਜ਼ ਹੈ। ਬਹੁਤ ਵਧੀਆ ਕੀਤਾ ਮੈਂ ਇਹਨਾਂ ਦਾ ਫੈਨ ਹੀ ਹਾਂ। ਠੀਕ ਹੈ ਇਹ ਰੋਣ ਤੇ ਲੱਗੇ ਹੋਏ ਸੀ ਦੁਨੀਆ ਨੂੰ। ਹਾਂ ਜੀ ਹਾਂ ਜੀ ਇਸੇ ਕਰਕੇ ਇਹਨਾਂ ਨੂੰ ਵੱਖਰਾ ਕਰਦੇ ਆ ਤੁਸੀਂ ਇਨਸਾਫ ਤੇ ਲੈ ਕੇ ਇੱਕ ਫਨੀ ਕਰਦੇ ਆ ਇੱਕ ਆਈਡੀਆ ਵੇਖਿਆ ਕਿ ਏਰੀਆਸ ਪਾਇਨ ਨੂੰ ਲਾ ਦਿੱਤੀ ਆਪਾਂ ਕੋਈ ਵੱਖਰਾ ਕਰਦੇ ਆ ਫਿਰ ਸਿੰਗਰ ਸਾਹਿਬ ਨਾਲ ਗੱਲ ਕੀਤੀ। ਠੀਕ ਹੈ ਫਿਰ ਰਿਲੀਜ਼ ਕਰ ਦਿੰਦਾ ਸਾਰੇ ਲੱਗਣ ਵੀ ਰਿਹਾ। ਮੈਂ ਕਿਹਾ ਯਾਰ ਮੇਰੇ ਕੋਲ ਇੱਦਾਂ ਦੇ ਗਾਣੇ ਨਹੀਂ ਹੁੰਦੇ ਕਿਉਂਕਿ ਇੱਕ ਮੈਸੇਜ ਆਪਾਂ ਨੂੰ ਕਿਸੇ ਨੂੰ ਗਾਣਾ ਜੇ ਸੁਣਾਉਣਾ ਜਾਂ ਵੀਡੀਓ ਦਿਖਾਉਣੀ ਹੈ ਉਹ ਜੇ ਮੈਸੇਜ ਇੱਦਾਂ ਦਾ ਆਪਾਂ ਗੋਲੀ ਮਾਰਤੀ ਜੀ ਠੀਕ ਹੈ ਬੰਦਾ ਮਾਰਤਾ ਜੀ ਉਹ ਕੰਮ ਆਪਣੇ ਕੋਲ ਹੋਣਾ ਨਹੀਂ ਹੈ। ਮੈਂ ਇਹਨੇ ਮੈਨੂੰ ਪਹਿਲਾਂ ਵੀ ਓਫਰ ਕੀਤਾ ਕਹਿੰਦਾ ਤੁਸੀਂ ਇੱਦਾਂ ਦਾ ਕੋਈ ਗਾਣਾ ਦਿਓ ਇਹਨੇ ਵੀ ਕਿਹਾ ਮੈਨੂੰ ਮੈਂ ਦੇਖ ਯਾਰ ਮੈਂ ਉਹ ਇੱਦਾਂ ਦੇ ਗਾਣੇ ਇੰਟਰਸਟਡ ਨਹੀਂ ਹਾਂ ਅਤੇ ਕਹਿੰਦਾ ਇੱਕ ਹੋਰ ਮੇਰੇ ਕੋਲ ਸਕੀਮ ਹੈਗੀ ਜੀ ਮੈਂ ਕੀ ਸਕੀਮ ਹੈ ਤੇਰੇ ਕੋਲ ਭਰਾ ਕਹਿੰਦਾ ਆਹ ਗਾਣਾ ਨਾ ਥੋੜ੍ਹਾ ਮੈਂ ਸੋਚਿਆ ਹੈ ਜੇ ਵਿਆਹ ਦੇ ਵਾਜੇ ਮੈਂ ਆਹ ਕੀ ਗਾਣਾ ਯਾਰ ਵਿਆਹ ਲੈ ਭਾਜੀ ਗੱਲ ਹੀ ਇਹੀ ਹੈ ਸਾਰੀ ਕਹਿੰਦਾ ਵਿਆਹ ਦੇ ਵਾਜੇ ਵੱਜਣਗੇ ਸਾਰੇ ਪਾਸੇ ਵਾਜੇ ਵੱਜਣਗੇ ਮੈਂ ਇਹਨੂੰ ਥੋੜ੍ਹਾ ਕਹਿੰਦਾ 10 ਮਿੰਟ ਲਾਏ ਹੋਣੇ ਇਹਨੇ ਬੰਦੇ ਨੇ ਭਰਾ ਅਤੇ ਬੋਲਣਾ ਚਾਲੂ ਕਰਤਾ ਇਹਨੇ ਡਰ ਡਰ ਕਿਲੋ ਕਹਿੰਦਾ ਆਹ ਭਾਜੀ ਆਹ ਕਰੋ ਅਤੇ ਮੈਂ ਬੋਲਿਆ ਮੈਨੂੰ ਥੋੜ੍ਹਾ ਵਧੀਆ ਲੱਗਾ ਮੈਂ ਯਾਰ ਸਮਝ ਹੈਗਾ ਥੋੜ੍ਹਾ ਠੀਕ ਹੈ ਕੋਈ ਗਾਣਾ ਅਤੇ ਫਿਰ ਕਹਿੰਦਾ ਤੁਸੀਂ ਨਾ ਮੈਨੂੰ ਇੱਕ ਦਿਨ ਦਾ ਟਾਈਮ ਦਿਓ ਬਸ
ਆਪਾਂ ਨੇ ਕੋਈ ਗਾਣਾ ਕਰਕੇ ਨਾ ਸਾਰਾ ਮਤਲਬ ਮੈਟਰ ਤਿਆਰ, ਤੁਹਾਨੂੰ ਰਾਤੀ ਫੋਨ ਕਰਾਂਗਾ ਮੈਂ। ਠੀਕ ਰਾਤੀ ਭਾਜੀ ਇਹਦਾ ਮੈਨੂੰ ਕੋਈ 11:30 ਦਾ ਫੋਨ ਆ ਗਿਆ, ਕਹਿੰਦਾ ਹਾਂਜੀ ਭਾਜੀ ਸੋ ਗਏ ਤੇ? ਮੈਂ ਨਹੀਂ ਯਾਰ ਮੈਂ ਜਾਗ ਨਹੀਂ ਦਿਆ ਹਲੇ, ਮੈਂ ਲੇਟ ਸੋਣਾ। ਅੱਛਾ ਗਾਣਾ ਮੈਂ ਭੇਜਦਾ ਜੇ? ਮੈਂ ਕਿੱਥੇ? ਕਹਿੰਦਾ ਭਾਜੀ ਵਟਸਐਪ ਚੈੱਕ ਕਰੋ। ਠੀਕ ਤੇ ਮੈਂ ਵਟਸਐਪ ਚੈੱਕ ਕੀਤਾ ਕਿ ਉਹ ਗਾਣਾ ਆਪਣਾ ਪੂਰਾ ਗਾਣਾ ਜਿਹਨੇ ਭੇਜਦਾ ਹੋਇਆ ਲਿਖ ਕੇ, ਤੇ ਮੈਨੂੰ ਲੱਗਾ ਫਨ ਹੈ ਯਾਰ ਗਾਣੇ 'ਚ। ਮੈਂ ਅਗਲੇ ਮੈਂ ਆਪਾਂ ਨਾ ਸਵੇਰੇ ਘਰ ਆ ਤੇ ਮਿਲਦੇ ਹਾਂ। ਉਹੀ ਕੁਐਸਚਨ, ਨੀਟੂ ਸ਼ਟਰਾਂ ਵਾਲਿਆਂ ਨੂੰ ਲੈਣ ਦਾ ਕਿਹਨਾਂ ਦਾ ਆਈਡੀਆ ਸੀ ਤਿੰਨਾਂ 'ਚੋਂ? ਨੀਟੂ ਸ਼ਟਰਾਂ ਵਾਲੇ ਦਾ ਆਈਡੀਆ ਜ਼ਿਆਦਾਤਰ ਮਤਲਬ ਪੱਪੀ ਦਾ ਹੀ ਹੈ, ਪੱਪੀ ਭਾਈ ਦਾ ਹੀ ਹੈ। ਉਹਦੀ ਪ੍ਰਮੋਸ਼ਨ ਦੀ ਡਿਊਟੀ ਵੀ ਮੇਰੀ ਲੱਗੀ ਹੋਈ ਸੀਗੀ ਕੁਲਚੇ। ਅਗਲਾ ਕੋਈ ਪ੍ਰੋਜੈਕਟ? ਅਗਲਾ ਪ੍ਰੋਜੈਕਟ ਭਾਜੀ ਮੈਂ ਐਜ਼ ਏ ਮਾਡਲ ਆ ਰਿਹਾ ਸੌਂਗ 'ਚ, 10 ਤਰੀਕ ਨੂੰ ਵੀ ਰਿਲੀਜ਼ ਹੋ ਰਿਹਾ। ਦੀਪ ਰਹਿਮਾਨ ਸਿੰਗਰ ਹੈ ਲੁਧਿਆਣੇ, ਤੇ ਉਹਦੇ ਬਹੁਤ ਵਧੀਆ ਸੈਡ ਸੌਂਗ ਹੈ, ਤੇ ਉਹ ਵੀ ਬਲੈਕ ਹੀ ਦਿਨ ਆ ਰਿਹਾ। ਬਿਨਾਂ ਰੁਕੇ ਆਪਣੇ ਜਿਹੜੇ ਗਾਣੇ ਆ ਚੁੱਕੇ ਉਹਨਾਂ ਦੇ ਨਾਮ? ਮੇਰਾ ਸਰ ਐਕਟਿਵਾ, ਡਿਸੀਜਨ, ਕਿਸਾਨ, ਡੈਮਡ ਦੀ ਰਿੰਗ, ਤੇ ਹੁਣ ਪਸੰਦ ਤੇ ਲੇਟੈਸਟ ਹੁਣ ਆਪਣਾ ਵਿਆਹ ਦੇ ਬਾਰੇ। ਵਿਆਹ ਦੇ ਬਾਰੇ ਠੀਕ ਹੈ ਜੀ। ਡਾਕਟਰ ਸਾਹਿਬ ਆਪਣੇ ਕੋਈ 3 ਜਾਂ 4 ਗਾਣਿਆਂ ਦੇ ਨਾਮ? ਦੇਖੋ ਜੀ ਮੇਰੇ 1 ਤਰੀਕ ਨੂੰ ਫਿਲਮ ਭਾਈ ਦਾ ਵੀ ਗਾਣਾ ਆ ਰਿਹਾ ਵਿਆਹ ਦੇ ਬੱਚੇ, ਉਸ ਦੇ ਨਾਲ ਇੱਕ ਗਾਣਾ ਹੋਰ ਆ ਰਿਹਾ ਵਰਡ ਤੇ। ਉਹ ਐਕਟ ਹੈਗਾ ਵਾ, ਉਹਨਾਂ ਨੇ ਸਿੰਗਰ ਹੈਗੇ ਜਸ ਮੰਡੂ ਨੇ, ਉਹਨਾਂ ਦਾ ਵੀ 1 ਤਰੀਕ ਨੂੰ ਰਿਲੀਜ਼ ਹੋ ਰਿਹਾ। ਮੇਰੇ 1 ਤਰੀਕ ਨੂੰ 2 ਗਾਣੇ ਆ ਰਹੇ। 2 ਗਾਣੇ ਫਿਰ ਤੁਹਾਨੂੰ ਡਬਲ ਪਾਰਟੀ ਹੋਗੀ, ਤੀਸਰੀ ਨਵੇਂ ਸਾਲ ਦੀ ਹੋਗੀ, ਠੀਕ ਹੈ ਜੀ? ਠੀਕ ਹੈ। ਤੇ ਫਿਰ ਮੈਂ ਲਾਸਟ ਟਾਈਮ ਕੀਤਾ ਸੀ ਪ੍ਰਾਊਡ ਫੀਲ, ਗਾਣਾ ਵੀ ਆ ਚੁੱਕਿਆ ਵਾ। ਤੇ ਉਸ ਤੋਂ ਪਹਿਲਾਂ ਮੈਂ ਕੀਤਾ ਸੀ ਆਪਣਾ ਇੱਕ ਮਿਊਜ਼ਿਕ ਮਾਸਟਰ ਦਾ ਗਾਣਾ ਹੈਗਾ ਵਾ, ਤੇ ਉਹ ਲਾਈਵ ਸੈਕਸ਼ਨ ਦਾ ਕਨਸੈਪਟ ਹੈਗਾ ਜੀ, ਉਹ ਤੇ ਕੰਮ ਕੀਤਾ ਜਾਂਦਾ। ਠੀਕ ਹੈ ਭਾਜੀ ਜੀ। ਤੇ ਰਾਈਟਰ ਸਾਹਿਬ ਆਪਣੇ ਕੋਈ 1-2 ਗਾਣੇ ਆਪਣੇ ਲਿਖੇ ਹੋਏ ਆ ਰਹੇ ਭਾਜੀ? ਆ ਰਹੇ ਆ ਪ੍ਰੋਜੈਕਟ ਅਜੇ ਜਨਵਰੀ ਨੂੰ ਆ ਰਿਹਾ ਵਾ ਆਫੀਸ਼ੀਅਲ ਯੂਟਿਊਬ ਚੈਨਲ ਬਲੈਕ ਹਿਲ ਮਿਊਜ਼ਿਕ ਤੋਂ। ਤੇ ਮੈਂ ਆਪ ਸਭ ਦੇ ਗੜੀ ਬੇਨਤੀ ਕਰਾਂਗੇ ਕਿ ਜਿਆਦਾ ਤੋਂ ਜਿਆਦਾ ਸਪੋਰਟ ਕਰੋ, ਤੇ ਗਾਣੇ ਨੂੰ ਲਾਈਕ ਕਰੋ, ਸ਼ੇਅਰ ਕਰੋ, ਤੇ ਇਸ ਗਾਣੇ ਨੂੰ ਨਿਊ ਈਅਰ ਤੇ ਵਜਾਓ, ਤੇ ਸਾਰੇ ਜਿਹੜੇ ਰੀਲਾਂ ਬਣਾਓ ਤਾਂ ਕਿ ਆਪਾਂ ਗਾਣੇ ਦੇ ਇੰਜੋਏ ਕਰੀਏ ਤੇ ਵਿਆਹ ਦੇ ਵਾਜੇ ਸੱਚੀ ਇੱਕ ਵਾਰੀ ਵਜਾਈਏ। ਸਪੋਰਟ ਕਰੋ ਕਿਉਂਕਿ ਇਹਨਾਂ ਦਾ ਇਸ ਟਾਈਮ ਤੇ 5ਵਾਂ ਗਾਣਾ ਵਾ, ਤੇ ਬਹੁਤ ਛੇਤੀ ਅਸੀਂ 6ਵਾਂ ਗਾਣੇ ਦੇ ਨਾਲ ਆਵਾਂਗੇ ਵਿਦ ਨਵੀਂ ਅਪਡੇਟ ਦੇ ਨਾਲ। ਠੀਕ ਹੈ ਜੀ, ਇੱਥੇ ਹੀ ਕਰਦਾ ਮੈਂ ਵੀਡੀਓ ਦੀ ਸਮਾਪਤੀ। ਤੁਹਾਡੇ ਲਈ ਮੈਂ ਸਪੈਸ਼ਲੀ ਅੰਮ੍ਰਿਤਸਰ ਆਇਆ, ਫਿਰ ਮੰਨ ਲਵਾਂਗੇ। ਥੈਂਕ ਯੂ ਜੀ, ਮਿਲਦੇ ਹਾਂ ਨੈਕਸਟ ਵੀਡੀਓ 'ਚ। ਬਾਏ।